पंडित कश्मीर दे इन्होंने टल खड़काए जोधड़िया कीतियां जदों औरंगजेब की तलवार इन्हां दे धौण दे उत्ते लमक रही सी सवा लख पैगंबर 33 करोड़ देवता 9 करोड़ देवे 9 नाथ 52 वीर 84 सिद्ध कोई भी हाजिर नहीं होया। तो फिर जिदा अपने 5 तख्त ने हिंदू वीर 4 धाम ने अमरनाथ केदारनाथ सोमनाथ ते बद्रीनाथ ते फिर सोमनाथ के मंदिर दे विच जाके टल खड़काए सी उत्थों कुदरती आवाज प्रगट हुई सी वी आ कश्मीर दे पण तो अज कोई तुहाडे आसरा है तां गुरु नानक दी नौवीं जोत आनंदपुर साहिब दे विच विराजमान आ ਤਾਂ ਉੱਥੋਂ ਫਿਰ ਬੇਇੱਜ਼ਤੀ ਕਰਕੇ ਤੁਰੇ ਸੀ। ਰਸਤੇ ਦੇ ਵਿੱਚ ਅੱਜ ਵੀ ਡੱਲ ਝੀਲ ਮਸ਼ਹੂਰ ਆ, ਸੁਣਿਆ ਹੋਣਾ ਕਸ਼ਮੀਰ ਦੇ ਵਿੱਚ। ਉੱਥੇ ਕੀ ਕਰਦੇ ਸੀ ਔਰੰਗਜ਼ੇਬ ਦੇ ਜਿਹੜੇ ਪਠਾਨ ਸੀ, 2 ਪੰਡਤਾਂ ਨੂੰ ਫੜ ਕੇ ਨੰਗਾ ਕਰਕੇ ਪਿੱਠਾਂ ਬੰਨ ਦਿੰਦੇ ਸੀ। ਪੁੱਛਦੇ ਸੀ, ਓਏ ਪੰਡਤਾ ਤੈਨੂੰ ਇਸਲਾਮ ਕਬੂਲ ਆ? ਜਿਹੜਾ ਤਾਂ ਕਹਿੰਦਾ ਸੀ ਹਾਂਜੀ ਉਹਦੀ ਸੁਣਤ ਕਰ ਦਿੰਦੇ ਸੀ, ਜਿਹੜਾ ਕਹਿੰਦਾ ਸੀ ਨਹੀਂ ਤਾਂ ਪਾਨ ਖਾ ਕੇ ਇਹਦੇ ਮੂੰਹ ਦੇ ਵਿੱਚ ਥੁੱਕ ਦਿੰਦੇ ਸੀ। ਇਹਨਾਂ ਦੇ ਮੂੰਹ ਨੂੰ ਥੁੱਕ ਦਾਨ ਬਣਾਇਆ ਹੋਇਆ ਸੀ। ਤਾਂ ਫਿਰ ਉੱਥੇ ਕਵੀ ਕੀ ਲਿਖਦਾ, ਕਹਿੰਦਾ ਕਸ਼ਮੀਰੀ ਪੰਡਤਾਂ ਨੇ ਉਹ ਗੁਰਾਂ ਦੇ ਅੱਗੇ ਅਰਜ ਗੁਜ਼ਾਰੇ, ਹੱਡ ਬੀਤੀ ਆਪਣੀ ਜੀ ਨਾਲੇ ਰੋ ਰੋ ਦੱਸੀ ਸਾਰੀ। ਕਹਿੰਦੇ ਜ਼ਾਲਮ ਔਰੰਗਾ ਜੀ ਸਾਡੇ ਉੱਤੇ ਜ਼ੁਲਮ ਕਮਾਵੇ, ਅੱਜ ਤਿਲਕ ਤੇ ਜੰਜੂ ਨੂੰ ਤੁਹਾਡੇ ਵਾਜੋ ਕੌਣ ਬਚਾਵੇ? ਕਹਿੰਦੇ ਇੱਕ ਨਾਰਾ ਗੂੰਜ ਰਿਹਾ, ਸਾਰੇ ਮੁਸਲਮਾਨ ਹੋ ਜਾਵੋ, ਕਰਕੇ ਕਿਰਪਾ ਜੀ ਇਸ ਡੁੱਬਦੇ ਬੇੜੇ ਨੂੰ ਮਹਾਰਾਜ ਤੁਸੀਂ ਆਪ ਬਚਾਵੋ। ਪਰ ਜਿਹੜੇ ਵਾਅਦੇ ਕੀਤੇ ਅੱਜ ਉਹ ਮੁੱਕਰ ਗਏ। ਕੀ ਕਿਹਾ ਸੀ? ਇਹਸਾਨ ਤੁਹਾਡੇ ਨੂੰ ਸਾਡੇ ਕੋਲ ਨਾ ਕਦੇ ਭੁਲਾਵੇ। 6ਵੇਂ ਪਾਤਸ਼ਾਹ ਜੀ ਨੇ 52 ਰਾਜੇ ਰਿਹਾ ਕਰਾਏ, ਇਹਨਾਂ ਨੇ ਕਿਹਾ ਤਾਂ ਨਹੀਂ, ਮਹਾਰਾਜ ਨੇ ਦਇਆ ਕੀਤੀ ਤੇ 9ਵੇਂ ਪਾਤਸ਼ਾਹ ਜੀ ਨੇ ਇਹਨਾਂ ਦੇ ਖਾਤਰ ਸੀਸ ਦਿੱਤਾ। ਪਗਾਣੀ ਦਾ ਯੁੱਧ ਭੀਮ ਚੰਦ ਨਾਲ ਹੁੰਦਾ, ਭੀਮ ਚੰਦ ਜਿਹੜੇ ਪੋਤਰਾ ਸੀਗਾ ਤਾਰਾ ਚੰਦ ਦਾ। 10ਵੇਂ ਪਾਤਸ਼ਾਹ ਮਹਾਰਾਜ ਨੇ 41 ਸਾਲ 9 ਮਹੀਨੇ 15 ਦਿਨ ਸੰਸਾਰ ਤੇ ਰਹੇ, ਸਣੇ ਸਰੀਰ ਸੱਚਖੰਡ ਗਏ, 14 ਜੰਗਾਂ ਲੜੀਆਂ। ਸਭ ਤੋਂ ਪਹਿਲੀ ਜੰਗ ਪਗਾਣੀ ਦੀ ਆ। 14 ਜੰਗਾਂ ਦੇ ਵਿੱਚੋਂ 11 ਜੰਗਾਂ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਹੋਈਆਂ। ਪਹਿਲੀ ਜੰਗ ਸੀਗੀ ਭੀਮ ਚੰਦ ਦੀ, ਭੀਮ ਚੰਦ ਪੋਤਰਾ ਸੀਗਾ ਤਾਰਾ ਚੰਦ ਦਾ। ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਵਾਇਆ। ਹਾਂਜੀ ਹਾਂ, ਦੇਖੋ 6ਵੇਂ ਪਾਤਸ਼ਾਹ ਜੀ ਦੇ ਪੋਤੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ, ਤੇ ਉਧਰੋਂ 22 ਧਾੜ ਤਾਂ ਜਿਹੜੇ 6ਵੇਂ ਪਾਤਸ਼ਾਹ ਨੇ ਰਿਹਾ ਕਰਾਏ ਸੀ ਉਹਨਾਂ ਦੇ ਪੋਤੇ ਆ 22 ਧਾੜ ਦੇ ਪਹਾੜੀ ਰਾਜੇ। ਜਿੱਦਣ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਸੀ, 10 ਲੱਖ ਫੌਜ ਦਿੱਲੀ ਦਾ ਚੱਲ ਕੇ ਆਈ ਸੀ, ਜਫਰਨਾਮੇ 'ਚ ਲਿਖਿਆ ਨਾ ਮਹਾਰਾਜ ਨੇ 10 ਲੱਖ ਵੈਰੀ ਬੇਖਬਰ, ਜਿੱਥੇ ਜਾਣ ਦੀ ਦਿੱਲੀ ਦਾ 10 ਲੱਖ ਫੌਜ ਆਈ ਸੀ, ਉਹਦਾ 1.25 ਲੱਖ ਫੌਜ 22 ਧਾੜ ਦੇ ਪਹਾੜੀ ਰਾਜੇ ਵੀ ਮੁਗਲਾਂ ਦੇ ਮਦਦ ਦੇ ਲਈ ਆਏ ਸੀ। ਜਿੱਥੇ ਕੁਰਾਨ ਸ਼ਰੀਫ ਦੀਆਂ ਕਸਮਾਂ ਔਰੰਗਜ਼ੇਬ ਦੇ ਕਾਜ਼ੀਆਂ ਨੇ ਖਾਧੀਆਂ ਸੀ, ਉੱਥੇ 22 ਧਾੜ ਦੇ ਪਹਾੜੀ ਰਾਜਿਆਂ ਨੇ ਥਾਲੀ ਦੇ ਵਿੱਚ ਰੱਖ ਕੇ ਗੀਤਾ ਅਤੇ ਨਾਲ ਆਟੇ ਦੀ ਗਊ ਬਣਾ ਕੇ ਕਸਮਾਂ ਖਾਧੀਆਂ ਸੀ ਵੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿਓ, ਵੀ ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਇਹ ਉਹ ਇਹਨਾਂ ਦੀ ਫਿਦਰਤ ਆ ਵੀ ਜਵਾਨ ਕਰਕੇ ਮੁੱਕਰ ਜਾਣਾ, ਅਤੇ ਖਾਲਸਾ ਕਹਿਣੀ ਅਤੇ ਕਰਨੀ ਦਾ ਪੂਰਾ ਅੱਜ ਵੀ ਹੈ। ਅਤੇ ਜਿਹੜੇ ਕਹਿੰਦੇ ਆ ਨਾ ਵੀ 2% ਰਹਿ ਗਏ 2 ਕਰੋੜ, ਹੁਣੀ ਮੋਰਾਂ ਵਾਲੀ ਨੇ ਬੋਲਿਆ ਸੀ, ਕਹਿੰਦਾ 2 ਕਰੋੜ ਨਹੀਂ, ਬਾਜਾਂ ਵਾਲੇ ਗੁਰੂ ਦੇ ਅਟਲ ਬੋਲਣੇ ਆਵੇਗਾ 96 ਕਰੋੜ ਖਾਲਸਾ। ਬਿਲਕੁਲ ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।